ਪੰਜਾਬ ਸਰਕਾਰ ਦੁਆਰਾ ਹੁਣ ਮੋਡੀਫਾਈਡ ਰੇੜੀਆਂ ਤੇ ਪਾਬੰਦੀ ਲਗਾਈ ਗਈ ਹੈ ਤੇ ਜ਼ਿਲ੍ਹਿਆਂ ਦੇ ਐਸਐਸਪੀਸ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਨੇ ਕਿ ਮੋਡੀਫਾਈਡ ਮੋਟਰਸਾਈਕਲਾਂ ਤੇ ਪਾਬੰਦੀ ਲਗਾਈ ਜਾਵੇ ਤੇ ਸਖਤ ਆਦੇਸ਼ ਦਿੱਤੇ ਨੇ ਕਿ ਜੇਕਰ ਇਹ ਰੇੜੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਰੇੜੀ ਚਾਲਕਾਂ ਤੇ ਸਖਤ ਕਾਰਵਾਈ ਹੋਵੇਗੀ ਜਿਸ ਤੋਂ ਬਾਅਦ ਰੇੜੀ ਚਾਲਕਾਂ 'ਚ ਪੰਜਾਬ ਸਰਕਾਰ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਹੈ। इस मौके रेहड़ी चालका का कहना है कि आम आदमी पार्टी नू उन्होंने वोटां पाके सत्ता च स्थापित किया है ते आज ही आम आदमी पार्टी गरीबां दी रोजी रोटी ते लत मार रही है। उन्होंने कहा कि रेहड़ी चालक गरीब व्यक्ति ने जिन्होंने गहने वेच वेच के ते लोन चुक के अपनियां रेहड़ियां बनाईयां ने ते इह रेहड़ियां ही उन्होंने परिवार का पालन पोषण करदियां ने। गरीब रेहड़ी चालका का कहना है कि सरकार ने गरीबां बारे सोचना तो की सी उल्टा उन्होंने ही पेट से लत मारी जा रही है। इस मौके होर की कुछ कहा गरीब रेहड़ी चालका ने तुसी भी सुनो। नवी सरकार तो पहला जाने सरकार ही कहती सी भी सुनो हरेक नूं सहूलत मिलनगियां भी आह जिहड़ा हुण सहूलत सानूं हुण दे रहे ने इह तां किसे सरकार ने दित्ती नहीं पहला। असीं इह कहना चाहुंदे आ भी साडा हल किवें बणूगा सानूं जवाकां ने भी घरों कढ़ता ਤੁਸੀਂ ਬਾਜ਼ਾਰ 'ਚੋਂ ਕੱਢ ਰਹੇ ਹੋ ਵੀ ਸਾਡਾ ਹੱਲ ਕਿੱਥੇ ਆ ਸਾਨੂੰ ਕਿੱਥੇ ਮਰਜ਼ੀ ਛੱਡ ਕੇ ਆਓ। ਐਕਸੀਡੈਂਟ ਤਾਂ ਦੇਖੋ ਜੀ ਠੀਕ ਆ ਹੁੰਦੇ ਹੋਣਗੇ ਪਰ ਜਾਂਦੀ ਆਪਣੇ ਕੋਲੋਂ ਕੋਈ ਐਕਸੀਡੈਂਟ ਨਹੀਂ ਹੋਇਆ ਅੱਜ ਤੱਕ ਵੀ ਨਾ ਆਪਾਂ ਬਾਹਲਾ ਵਜਨ ਪਾਇਆ ਕਿਤੇ ਆਪਾਂ ਹਿਸਾਬ ਦਾ ਵਜਨ ਪਾਉਂਦਾ ਚੱਲ ਚੱਲਦੀ ਚੱਲ ਗੱਡੀਆਂ ਦੇ ਵੀ ਹੋਰ ਟਰੱਕਾਂ ਦੇ ਵੀ ਐਕਸੀਡੈਂਟ ਹੋ ਜਾਂਦੇ ਨੇ ਉਹ ਕੌਣ ਕਰਾਉਂਦਾ ਹੈ। ਇਹ ਗਰੀਬ ਤਾਂ ਜਮ੍ਹਾਂ ਗਰੀਬ ਹੁਣ ਅੱਗੇ ਗਰੀਬ ਆ ਉਹਦਾ ਪਹਿਲਾਂ ਹੁਣ ਗਰੀਬ ਕਰੂ ਕੀ ਕਿੱਧਰ ਨੂੰ ਜਾਊਗਾ। ਇਹ ਬੰਦ ਨਹੀਂ ਹੋਣੇ ਚਾਹੀਦੇ ਸਾਡੀ ਮੰਗ ਇਹੀ ਹੈ ਵੀ ਇਹ ਚੱਲਦੇ ਰਹਿਣੇ ਚਾਹੀਦੇ ਆ ਵੀ ਇਹਨਾਂ ਬਿਨਾਂ ਅਸੀਂ ਕੀ ਕਰਾਂਗੇ ਅਸੀਂ ਰੋਟੀ ਕਿੱਥੋਂ ਖਾਵਾਂਗੇ। ਇਹਦਾ ਕਿ ਗੁਜ਼ਾਰ ਸਾਡਾ ਕਹਦੇ ਉਹ ਮਾਰਦੇ ਆ ਗਰੀਬਾਂ ਨੂੰ ਕਿੱਥੋਂ ਖਾਵਾਂਗੇ ਅਸੀਂ ਅਸੀਂ ਗੁਜ਼ਾਰ ਹੀ ਸਾਡਾ ਖੂਹੀ ਜਾਂਦਾ ਅਸੀਂ ਕਿੱਧਰ ਨੂੰ ਜਾਵਾਂਗੇ। ਜਿਹਨਾਂ ਵੋਟਾਂ ਪਾਈਆਂ ਅਸੀਂ ਤਾਂ ਉਹਨਾਂ ਤੋਂ ਵੀ ਕਿਹਾ ਸੀਗਾ ਜੀ ਜਿਨ੍ਹਾਂ ਨੂੰ ਵੋਟਾਂ ਪਾਈਆਂ ਫਾਇਦਾ ਕੀ ਹੈ ਸਾਡਾ ਯਾਰ ਹੀ ਖੋਈ ਜਾਂਦੇ ਆ ਉਹ ਕਿ ਸਾਡਾ ਚੱਲਣਾ ਚਾਹੀਦਾ ਅਸੀਂ ਮੁੜ ਕੇ ਕਿੱਧਰ ਨੂੰ ਜਾਵਾਂਗੇ ਕੋਈ ਕੰਮ ਦੇਣ ਸਾਨੂੰ ਜੀ। ਜੇ ਮੰਨ ਲਓ ਕੱਲ੍ਹ ਹੁਣ ਜਿਵੇਂ ਸਰਕਾਰ ਨੇ ਕਹਿਤਾ ਕਿ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਕੱਲ੍ਹ ਨੂੰ ਪਰਚਾ ਕੀ ਕਰੋ ਫਿਰ ਅਸੀਂ ਇਕੱਠੇ ਹੋ ਕੇ ਧਰਨਾ ਦੇਵਾਂਗੇ ਜੀ। ਹੋਰ ਕੀ ਕਰਨਾ ਰੋਡ ਤੇ ਬੰਦ ਕਰਾਂਗੇ ਫਿਰ ਰੋਡ ਤੇ ਖੜਾਂਗੇ ਜੀ ਕੀ ਕਰਾਂਗੇ ਕਿੱਧਰ ਨੂੰ ਜਾਵਾਂਗੇ ਅਸੀਂ ਫਿਰ ਰੋਡ ਤੇ ਪਵਾਂਗੇ ਅਸੀਂ। ਇਹਦਾ ਸਾਡਾ ਰੁਜ਼ਗਾਰ ਬਣਾਇਆ ਹੈ ਜੀ ਦੇਖੋ ਜੀ ਸਾਡੇ ਕੋਲ ਰੁਜ਼ਗਾਰ ਤਾਂ ਹੈ ਨਹੀਂ ਜੀ ਕੋਈ ਹੋਰ ਠੀਕ ਹੈ ਜੀ ਇਹਦੇ ਬੱਚੇ ਪਾਲਦੇ ਜੀ ਅਸੀਂ ਸਾਰੇ ਟੱਬਰ ਦਾ ਖਰਚਾ ਜੀ ਇਹਦੇ ਹੀ ਕਰਦੇ ਹਾਂ ਜੀ ਅਸੀਂ 100 ਦਾ 50 ਦਾ ਗੇੜਾ ਲਾਉਂਦੇ ਹਾਂ ਜੀ ਅਸੀਂ ਇਹਦੇ ਕੋਈ ਬੜਾ ਨਜਾਇਜ਼ ਤਾਂ ਕਰਦੇ ਨਹੀਂ ਅਸੀਂ ਕੰਮ ਰੁਜ਼ਗਾਰ ਅਸੀਂ ਬੇਰੁਜ਼ਗਾਰ ਬੰਦੇ ਜੀ ਇਹ ਲੋਨ ਲੈ ਕੇ ਬੁੜੀਆਂ ਦੇ ਉੱਤੇ ਇਹ ਰੇਹੜੀਆਂ ਬਣਵਾਈਆਂ ਜੀ ਆਪਦੇ ਬੱਚਿਆਂ ਦਾ ਬਾਲ ਬੱਚਿਆਂ ਦਾ ਢਿੱਡ ਭਰਦੇ ਜੀ ਇਹੀ ਰੇਹੜੀ 'ਤੇ ਠੀਕ ਹੈ ਜੀ ਕਿਰਾਏ 'ਤੇ ਰਹਿੰਦੇ ਹਾਂ ਜੀ ਹੋਰ ਸਾਡੇ ਕੋਈ ਰੁਜ਼ਗਾਰ ਨਹੀਂ ਹੈਗਾ ਜੀ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਸਾਨੂੰ ਕੋਈ ਟੈਕਸ ਲਾਏ ਵੀ ਟੈਕਸ ਭਰ ਸਕਦੇ ਜੀ ਭਰਨ ਨੂੰ ਤਿਆਰ ਨਹੀਂ ਸਾਡਾ ਰੁਜ਼ਗਾਰ ਨਾ ਹੋਇਆ ਜਾਵੇ ਬਸ ਚੱਕਰ ਇਹੀ ਹੈ ਜੀ ਬੇਨਤੀ ਜੀ ਸਾਡੀ। ਅਸੀਂ ਤਾਂ ਕੋਈ ਸੁਣਿਆ ਨਹੀਂ ਨਾ ਕੋਈ ਜ਼ਿਆਦਾ ਵਜਨ ਬੋਲੇ ਜੀ ਸਾਨੂੰ ਤਾਂ ਜੀ ਆਸ ਤਾਂ ਕੀ ਸੀਗੀ ਸਾਨੂੰ ਤਾਂ ਆਸ ਸੀ ਕੋਈ ਵਧੀਆ ਰਹਿਣ ਗਈ ਰਹਿ ਆਹ ਸਾਡਾ ਰੁਜ਼ਗਾਰ ਹੀ ਖੋਲ੍ਹੇ ਇਹਨਾਂ ਨੇ ਤਾਂ ਇਹੀ ਕਹਿਣਾ ਚਾਹਾਂਗੇ ਵੀ ਸਾਡਾ ਰੁਜ਼ਗਾਰ ਹੋਇਆ ਜਾਂਦਾ ਅਸੀਂ ਕੰਮ ਨਹੀਂ ਕਰਨ ਜੋ ਕਰੇ ਗੋਡੇ ਸਾਡੇ ਦੁਖਦੇ ਨੇ ਹੋਰ ਕੋਈ ਦਿਹਾੜੀ ਸਾਨੂੰ ਨਹੀਂ ਲੈ ਜਾਂਦਾ ਸਾਡਾ ਹੀਲਾ ਬਣਨਾ ਚਾਹੀਦਾ ਕਰਦਣ ਬੰਦ ਸਾਨੂੰ ਦੇਣ ਕੰਮ ਕਿੱਥੇ ਆਸੀ ਸਾਨੂੰ ਵੀ ਚੱਲੂ ਕੰਮ ਸਾਡਾ ਇਹਨਾਂ ਨੇ ਬੰਦ ਕਰਤਾ ਫਿਰ ਜਮਾਂ ਹੀ ਠੱਪ ਲਾਤਾ ਸਾਨੂੰ ਤਾਂ ਇਹ ਰੁਜ਼ਗਾਰ ਸਾਨੂੰ ਜਿਹੜਾ ਸਾਡੇ ਤਾਂ ਕੋਲੇ ਉਹ ਵੀ ਹੋਇਆ ਜਾਂਦਾ ਨਵਾਂ ਕੌਣ ਦੇਊ ਸਾਨੂੰ ਕਿ ਸਾਡਾ ਰੁਜ਼ਗਾਰ ਚੱਲੀ ਜਾਣ ਤੇ ਅਸੀਂ ਰੋਟੀ ਕਮਾ ਕੇ ਖਾ ਲਾਂਗੇ ਸਾਡੀ ਤਾਂ ਇਹੀ ਮੰਗ ਹੈ ਜਾਂ ਸਾਨੂੰ ਕੋਈ ਕੰਮ ਧੰਦਾ ਦੇਣ ਬੁੜਿਆਂ ਨੂੰ ਘਰੇ ਮੁੰਡੇ ਦੀ ਰੋਟੀ ਦਿੰਦੇ ਇੱਧਰ ਇਹਨਾਂ ਨੇ ਜੁਗਾੜ ਬੰਦ ਕਰਤਾ ਅਸੀਂ ਕਰਾਂਗੇ ਕੀ। ਇਹ ਬਹੁਤ ਮੰਦਭਾਗੀ ਘਟਨਾ ਗਈ ਜੀ ਜਿਹੜੀ ਗਰੀਬਾਂ ਨਾਲ ਧੱਕਾ ਹੋ ਰਿਹਾ ਹੈਗਾ ਇਹ ਰੁਜ਼ਗਾਰ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ ਇੱਕ ਪਾਸੇ ਇਹ ਬੰਦ ਕਰਕੇ ਨੌਜਵਾਨਾਂ ਤੋਂ ਰੁਜ਼ਗਾਰ ਖੋਇਆ ਜਾ ਰਿਹਾ ਹੈਗਾ ਅਤੇ ਜੇ ਅਸੀਂ ਸਾਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਜਾਂ ਪ੍ਰਾਈਵੇਟ ਨੌਕਰੀ ਨਹੀਂ ਮਿਲਦੀ ਗੀ ਅਸੀਂ ਆਪਣਾ ਕੋਈ 40-50 ਹਜ਼ਾਰ ਰੁਪਇਆ ਲੋਨ ਲੈ ਕੇ ਜਾਂ ਕੋਈ ਟੂਮ ਗਹਿਣੇ ਰੱਖ ਕੇ ਬਣਵਾ ਲਿਆ ਆਪਣਾ ਰੁਜ਼ਗਾਰ ਲੱਭ ਲਿਆ ਤਾਂ ਸਾਡੇ ਰੁਜ਼ਗਾਰ ਖੋਇਆ ਜਾ ਰਿਹਾ ਹੈਗਾ ਉਲਟਾ ਸਰਕਾਰ ਕਹਿ ਰਹੀ ਹੈ ਕਿ ਸ਼ਾਮ ਤੱਕ ਜੇ ਬੰਦ ਨਾ ਹੋਈਆਂ ਤਾਂ ਪਰਚੇ ਹੋਣਗੇ ਅਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਵੀ ਸਾਨੂੰ ਸਾਡੇ 'ਤੇ ਪਰਚੀ ਹੋ ਜਾਣੀ ਜੀ ਇਹ ਤੋਂ ਚੰਗਾ ਤਾਂ ਪਰਚਾ ਹੋ ਜੇ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਨਸ਼ਾ ਬੰਦ ਹੋਊਗਾ ਕਦੇ ਨਾ ਨਸ਼ਾ ਬੰਦ ਹੋਊਗਾ ਅੱਜ ਅਸੀਂ ਇਹ ਬੰਦ ਹੋ ਜਾਂਦੀਆਂ ਨੇਗੀਆਂ ਤਾਂ ਕੱਲ੍ਹ ਨੂੰ ਅਸੀਂ ਨਸ਼ੇ ਵੱਲ ਨਹੀਂ ਜਾਵਾਂਗੇ ਜੋ ਬੇਰੁਜ਼ਗਾਰ ਹੋ ਗਏ ਘਰ ਦੀਆਂ ਟੈਨਸ਼ਨਾਂ ਪ੍ਰੋਬਲਮਾਂ ਕੀ ਕੁਛ ਵਧੀ ਜਾਂਦਾ ਹੈਗਾ ਜੇ ਪਿਆਜ਼ ਦੇ ਰੇਟ ਦੇਖ ਲਓ ਚੀਨੀ ਦਾ ਰੇਟ ਦੇਖ ਲਓ ਪੈਟਰੋਲ ਦਾ ਰੇਟ ਦੇਖ ਲਓ ਜਿੱਧਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਸਰਕਾਰ ਉੱਧਰ ਧਿਆਨ ਨਹੀਂ ਦੇ ਰਹੀ ਗੀ
ਆ ਮਜ਼ਦੂਰਾਂ ਵੱਲ ਧਿਆਨ ਦੇ ਰਹੀ ਆ ਸਾਡੀ ਮਜ਼ਦੂਰੀ ਕਿਸੇ ਪਾਸੇ ਨਹੀਂ ਵਧਾਇਆ ਜਾ ਰਿਹਾ ਸੋ ਤੁਸੀਂ ਵੀ ਸੁਣਿਆ ਕਿ ਕਿਸ ਤਰ੍ਹਾਂ ਰੇਹੜੀ ਚਾਲਕਾਂ ਨੇ ਪੰਜਾਬ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਹੈ ਇੱਕ ਵਿਅਕਤੀ ਨੇ ਤਾਂ ਇਹ ਸਿੱਧਾ ਸਵਾਲ ਹੀ ਖੜਾ ਕਰ ਦਿੱਤਾ ਹੈ ਕਿ ਸੜਕ ਤੇ ਬਹੁਤ ਸਾਰੇ ਹਾਦਸੇ ਹੁੰਦੇ ਨੇ ਤਾਂ ਉਹਨਾਂ ਵਾਹਨਾਂ ਨੂੰ ਵੀ ਬੰਦ ਕਰਵਾ ਦੇਣਾ ਚਾਹੀਦਾ ਹੈ ਜੇ ਸਰਕਾਰ ਨੂੰ ਇੰਜ ਲੱਗ ਰਿਹਾ ਕਿ ਦੁਰਘਟਨਾਵਾਂ ਦਾ ਕਾਰਨ ਗਰੀਬਾਂ ਦੀਆਂ ਰੇਹੜੀਆਂ ਨੇ ਤੇ ਨਾਲ ਹੀ ਰੇਹੜੀ ਚਾਲਕਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਉਹਨਾਂ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ फिलहाल पंजाब सरकार का यह फैसला किन्ना को सही है ते किन्ना को गलत इस बारे अपनी राय कमेंट बॉक्स जरूर सांझी करो बरनाला तो वनीत शर्मा दी रिपोर्ट ग्लोबल पंजाब टीवी।